ਹਾਂਜੀ, ਅੱਜ ਆਪਾਂ ਬਣਾਇਆ ਜੀ ਬਿਨਾ ਦੁੱਧ ਤੋਂ ਪਨੀਰ। ਬਿਨਾਂ ਦੁੱਧ ਤੋਂ ਪਨੀਰ ਕਿਵੇਂ ਬਣ ਸਕਦਾ ਪਵਨ? ਹਾਂਜੀ ਸੰਧੂ ਸਾਹਿਬ, ਇਹ ਬਿਨਾਂ ਦੁੱਧ ਤੋਂ ਵੀ ਬਣਿਆ ਤੇ ਨਾਲੇ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਵੀ ਨਹੀਂ ਪਾਇਆ। ਬਿਨਾਂ ਦੁੱਧ ਤੋਂ ਯਾਰ ਕਿਵੇਂ ਬਣ ਜੂਗਾ ਪਨੀਰ? ਹਾਂਜੀ ਬਣ ਸਕਦਾ ਜੀ। ਦੋਸਤੋ, ਅੱਜ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਕਿਵੇਂ ਆਪਾਂ ਬਿਨਾਂ ਦੁੱਧ ਤੋਂ ਇਹ ਪਨੀਰ ਬਣਾਇਆ। ਆ ਦੇਖ ਲਓ ਤੁਸੀਂ ਕਿੰਨਾ ਵਧੀਆ ਪਨੀਰ ਬਣਿਆ, ਸੌਫਟ ਸੌਫਟ। ਬਿਨਾਂ ਦੁੱਧ ਤੋਂ ਕਿਵੇਂ ਇੰਨਾ ਵਧੀਆ ਪਨੀਰ ਬਣ ਗਿਆ? ਬਸ ਬਣ ਗਿਆ ਜੀ। ਅੱਜ ਆਪਾਂ ਸਾਰੇ ਦੋਸਤਾਂ ਨੂੰ ਵੀ ਦੱਸ ਦਿੰਦੇ ਆ ਵੀ ਬਿਨਾਂ ਦੁੱਧ ਤੋਂ ਬਹੁਤ ਹੀ ਟੇਸਟੀ ਆਪਾਂ ਪਨੀਰ ਕਿਵੇਂ ਬਣਾ ਸਕਦੇ ਆ। ਅਸਲੀ ਪਨੀਰ ਨਾਲੋਂ ਵੀ ਬਹੁਤ ਸਵਾਦ, ਮਤਲਬ ਕਿ ਇੰਨਾ ਵਧੀਆ ਪਨੀਰ। ਹਾਂਜੀ ਆ ਜਾਓ ਆਪਾਂ ਦੱਸਦੇ ਆ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਤੁਸੀਂ ਵੀ ਆ ਪਨੀਰ ਬਣਾ ਕੇ ਜਰੂਰ ਖਾਇਓ, ਬਹੁਤ ਹੀ ਹੈਲਦੀ ਹੈ ਜੀ। ਹਾਂਜੀ ਦੋਸਤੋ, ਇਹ ਆਪਾਂ ਬਹੁਤ ਹੀ ਸੌਫਟ ਬਿਨਾਂ ਦੁੱਧ ਤੋਂ ਪਨੀਰ ਬਣਾਇਆ ਜੀ, ਤੁਸੀਂ ਵੀ ਬਣਾ ਸਕਦੇ ਹੋ। ਉਹਦੇ ਲਈ ਪੂਰੀ ਵੀਡੀਓ ਜਰੂਰ ਦੇਖਿਓ, ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜੀ। ਪਹਿਲਾ ਨਾਮ ਹੈ ਜੀ ਪੂਜਾ, ਇਹਨੇ ਜੀ ਚੰਡੀਗੜ੍ਹ ਤੋਂ। ਵੀਨਾ, ਇਹਨੇ ਜੀ ਲੁਧਿਆਣਾ ਤੋਂ। ਉਸ ਤੋਂ ਬਾਅਦ ਨੇ ਜੀ ਤਤਵੀਰ ਕੌਰ, ਇਹਨੇ ਜੀ ਫਗਵਾੜਾ ਤੋਂ। ਬਲਵੀਰ ਸਿੰਘ, ਅੰਮ੍ਰਿਤ ਮਾਨ, ਫਤਿਹਗੜ੍ਹ ਸਾਹਿਬ ਤੋਂ। ਸੋ ਦੋਸਤੋ, ਅਗਲੀ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ, ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ। ਹਾਂਜੀ, ਹੁਣ ਆਪਾਂ ਦੇਖਦੇ ਹਾਂ ਬਿਨਾਂ ਦੁੱਧ ਤੋਂ ਪਨੀਰ ਕਿਵੇਂ ਬਣ ਜਾਂਦਾ। ਬਿਲਕੁਲ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਆਪਾਂ ਲੈਣੀ ਹੈ ਜੀ ਸੋਇਆਬੀਨ। ਠੀਕ ਹੈ ਜੀ, ਇਹ ਬਸ ਤੁਸੀਂ ਇਹ ਪਨੀਰ ਤਾਂ ਦੋਸਤੋ 5 ਮਿੰਟਾਂ ਚ ਬਣ ਕੇ ਤਿਆਰ ਹੋ ਜਾਊਗਾ, ਪਰ ਜਿਹੜੀਆਂ ਸੋਇਆਬੀਨ ਹੈ ਉਹਨਾਂ ਨੂੰ ਤੁਸੀਂ ਭਿਓਂ ਕੇ ਰੱਖਣਾ ਜੀ 4-5 ਘੰਟਿਆਂ ਦੇ ਲਈ। ਠੀਕ, ਜਿਹੜੇ ਕਿ ਇਸ ਤਰ੍ਹਾਂ ਇਹ ਫੁੱਲ ਕੇ ਡਬਲ ਹੋ ਜਾਣਗੀਆਂ, ਤੇ ਆਪਾਂ 1 ਕੌਲੀ ਭਿਓਂਤੀ ਸੀਗੀ ਤੇ ਤੁਸੀਂ ਦੇਖ ਹੀ ਸਕਦੇ ਹੋ ਵੀ ਕਾਫੀ ਸਾਰੀਆਂ ਹੋ ਗਈਆਂ। ਤੇ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਸਲ ਮਸਲ ਕੇ, ਜਿਹੜਾ ਇਹਦਾ ਉੱਪਰਲਾ ਛਿਲਕਾ ਹੋਊਗਾ ਇਸ ਤਰ੍ਹਾਂ ਦਾ, ਇਹਨੂੰ ਆਪਾਂ 1 ਵਾਰੀ ਲਾ ਦਾਂਗੇ। ਠੀਕ ਹੈ ਜੀ। ਹਾਂਜੀ, ਹੁਣ ਛਿਲਕੇ ਉਤਾਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਕੀ ਕਰਾਂਗੇ, ਇਹਨੂੰ ਥੋੜਾ ਥੋੜਾ ਕਰਕੇ ਮਿਕਸੀ ਵਾਲੇ ਜੱਗ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਫਿਰ ਆਪਾਂ ਇਹਦਾ ਕੀ ਪੇਸਟ ਬਣਾ ਲਾਂਗੇ। ਹਾਂਜੀ, ਹੁਣ ਇਸ ਤਰ੍ਹਾਂ ਆਪਾਂ ਜਿਹੜਾ ਕਿ ਸਾਰੇ ਸੋਇਆਬੀਨ ਨੂੰ ਜਿਹੜਾ ਕਿ ਗ੍ਰੈਂਡ ਕਰ ਲਿਆ ਤੇ ਇੱਕ ਪੇਸਟ ਆ ਜਿਹੜਾ ਕਿ ਬਣਾ ਲਿਆ। ਹੁਣ ਦੋਸਤੋ, ਤੁਸੀਂ ਇਹ ਨਾ ਸਮਝੋ ਕਿ ਬਸ ਹੁਣ ਜਿਹੜਾ ਕਿ ਇਹਦਾ ਪਨੀਰ ਆ ਤੁਸੀਂ ਕੱਢ ਲੈਣਾ, ਹਨਾ, ਇਹ ਆਪਣਾ ਪਨੀਰ ਨਹੀਂ ਬਣਿਆ, ਇਹਦੇ ਤੋਂ ਆਪਾਂ ਜਿਹੜਾ ਕਿ ਸੋਇਆਬੀਨ ਮਿਲਕ ਤਿਆਰ ਕਰਾਂਗੇ। ਆਪਾਂ ਕੱਪੜੇ ਨੂੰ ਇਸ ਤਰ੍ਹਾਂ ਜਿਹੜਾ ਕਿ ਬਾਉਲ ਦੇ ਉੱਪਰ ਸੈੱਟ ਕਰ ਲੈਂਦੇ ਹਾਂ। ਠੀਕ, ਤੇ ਫਿਰ ਆਪਾਂ ਇਹਦੇ ਵਿੱਚ ਜਿਵੇਂ ਕਿ ਉਹ ਦੁੱਧ ਆਪਾਂ ਜਿਹੜਾ ਬਣਾਵਾਂਗੇ ਉਹ ਇਹਦੇ 'ਚ ਹੀ ਬਣੀ ਜਾਊਗਾ। ਠੀਕ ਹੈ ਜੀ। ਹੁਣ ਜਿਹੜਾ ਆਪਾਂ ਘੋਲ ਬਣਾਇਆ ਸੀਗਾ ਇਹਨੂੰ ਆਪਾਂ ਇਸ ਕੱਪੜੇ ਦੇ ਵਿੱਚ ਪਾਉਂਦੇ ਜਾਵਾਂਗੇ, ਦੁੱਧ ਬਣਾ ਲੈਣਾ। ਠੀਕ। ਹਾਂਜੀ, ਆਪਾਂ ਇਸ ਤਰ੍ਹਾਂ ਜਿਹੜਾ ਕਿ ਸਾਰੇ ਪੇਸਟ ਦੇ ਵਿੱਚ ਪਾਣੀ ਪਾਉਂਦੇ ਗਏ ਆ ਤੇ ਇਸ ਤਰ੍ਹਾਂ ਜਿਹੜਾ ਕਿ ਆਪਣਾ ਦੁੱਧ ਹੈ ਬਣ ਕੇ ਹੋ ਗਿਆ ਜੀ ਤਿਆਰ। ਠੀਕ। ਤੇ ਤੁਸੀਂ ਦੋਸਤੋ ਜਿਵੇਂ ਕਿ ਸਾਰਾ ਇਹਦਾ ਨਿਚੋੜ ਕੱਢ ਲੈਣਾ ਵੀ ਜਿਹੜਾ ਪੇਸਟ ਆਪਣਾ ਵੇਸਟ ਨਾ ਜਾਵੇ, ਬਿਲਕੁਲ ਥੋੜਾ ਜਿਹਾ ਹੀ ਰਹਿ ਜੀ। ਹੁਣ ਆਪਣਾ ਆਹ ਪੇਸਟ ਆ ਜਿਹੜਾ ਇੰਨਾ ਕੁ ਰਹਿ ਗਿਆ। ਠੀਕ। ਵੀ ਮਤਲਬ ਕਿ ਜਿਹੜਾ ਸਾਰਾ ਅਸਰ ਇਹਦਾ ਨਿਕਲਣਾ ਚਾਹੀਦਾ ਇਸ ਪੇਸਟ ਦਾ। ਠੀਕ ਹੈ ਜੀ, ਇਹ ਤਾਂ ਹੋ ਗਿਆ ਹੁਣ ਸੋਇਆਬੀਨ ਮਿਲਕ। ਹਾਂਜੀ, ਤੇ ਹੁਣ ਆਪਾਂ ਇਹਨੂੰ ਗੈਸ ਤੇ ਧਰ ਕੇ ਤੇ ਇਹਨੂੰ ਕਰ ਲੈਂਦੇ ਹਾਂ ਜੀ ਗਰਮ। ਠੀਕ। ਤੇ ਗਰਮ ਕਰਕੇ ਦੋਸਤੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਹਾਂ ਵੀ ਸੋਇਆਬੀਨ ਤੋਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਵਾਲਾ ਪਨੀਰ ਬਣਾ ਸਕਦੇ ਹਾਂ। ਕਈ ਵਾਰੀ ਆਪਣੇ ਕੋਲ ਕੀ ਹੁੰਦਾ, ਦੁੱਧ ਦੀ ਕਮੀ ਹੁੰਦੀ ਆ, ਪਨੀਰ ਖਾਣ ਨੂੰ ਆਪਣਾ ਦਿਲ ਕਰਦਾ ਤੇ ਆਪਾਂ ਸੋਇਆਬੀਨ ਦਾ ਪਨੀਰ ਕਿਉਂ ਨਾ ਬਣਾਈਏ। ਠੀਕ ਹੈ ਜੀ। ਤੇ ਹੁਣ ਆਪਾਂ ਜਿਹੜਾ ਕਿ ਦੁੱਧ ਨੂੰ ਥੋੜਾ ਜਿਹਾ ਗਰਮ ਕਰਕੇ ਵਾਲਾ ਜਿਹਾ ਦਵਾ ਕੇ। ਹਾਂਜੀ ਹਾਂਜੀ, ਦੁੱਧ ਆਪਣਾ ਜਿਹੜਾ ਕਿ ਪੂਰਾ ਗਰਮ ਹੋ ਚੁੱਕਿਆ, ਤੁਸੀਂ ਦੇਖ ਹੀ ਸਕਦੇ ਹੋ। ਤੇ ਹੁਣ ਆਪਾਂ ਕੀ ਕਰਾਂਗੇ ਦੋਸਤੋ, ਹੁਣ ਤੁਸੀਂ ਇਹਨੂੰ ਫਾੜਨ ਵਾਸਤੇ ਜਿਹੜਾ ਕਿ ਲੈ ਸਕਦੇ ਹੋ ਪਨੀਰ ਬਣਾਉਣ ਵਾਸਤੇ ਵਿਨੇਗਰ। ਠੀਕ ਹੈ ਜੀ, ਤੁਸੀਂ ਨਿੰਬੂ ਦਾ ਰਸ ਵੀ ਲੈ ਸਕਦੇ ਹੋ। ਆਪਾਂ ਹੁਣ ਜਿੰਨਾ ਕੁ ਵਿਨੇਗਰ ਲਿਆ ਜੀ ਉਨਾ ਕੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ। ਠੀਕ ਹੈ ਜੀ। ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਂਦੇ ਜਾਵਾਂਗੇ ਤਾਂ ਜੋ ਜਿੰਨੀ ਕੁ ਆਪਾਂ ਨੂੰ ਜ਼ਰੂਰਤ ਹੋਈ ਆਪਾਂ ਉਨਾ ਹੀ ਪਾ ਕੇ, ਜ਼ਿਆਦਾ ਆਪਣਾ ਜਿਹੜਾ ਪਨੀਰ ਆ ਉਹ ਖੱਟਾ ਨਾ ਬਣ ਜੇ।
ਕਮਾਲ ਹੋ ਗਈ ਯਾਰ ਪਾਉਣਾ, ਇਹਦੇ ਨਾਲ ਹੀ ਪਨੀਰ ਬਣ ਜੂਗਾ, ਮੈਂ ਤਾਂ ਦੇਖ ਕੇ ਹੈਰਾਨ ਹੋਇਆ ਪਿਆ। ਹਾਂਜੀ ਬਿਲਕੁਲ ਜੀ, ਨਾਲੇ ਆਪਾਂ ਮਹਿੰਗਾ ਵੀ ਬਹੁਤ ਆਉਂਦਾ ਏ, ਸੋਇਆਬੀਨ ਨਾਲ ਪਨੀਰ ਕਿਹੜਾ ਸਸਤਾ ਆਉਂਦਾ। ਹਾਂਜੀ, ਤੇ ਨਾਲੇ ਆਪਣੀਆਂ ਅੱਖਾਂ ਦੇ ਸਾਹਮਣੇ ਬਣਿਆ ਹੋਇਆ ਤੇ ਆਪਾਂ ਨੂੰ ਕੋਈ ਇਹ ਵੀ ਨਹੀਂ ਵੀ ਕੋਈ ਡਾਊਟ ਹੈਗਾ ਵੀ ਵਧੀਆ ਬਣਿਆ ਜਾਂ ਨਹੀਂ ਬਣਿਆ। ਇਸ ਤਰ੍ਹਾਂ ਨਾਲੇ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਨਾਲੇ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਵਿਨੇਗਰ ਪਾਉਂਦੇ ਜਾਵਾਂਗੇ। ਠੀਕ ਆ। ਹਾਂਜੀ ਆਹ ਦੇਖੋ ਤੁਸੀਂ ਦੁੱਧ ਆ, ਇਸੇ ਤਰ੍ਹਾਂ ਆਪਾਂ ਹਿਲਾਉਂਦੇ ਜਾਵਾਂਗੇ। ਆ ਤੁਸੀਂ ਦੇਖ ਹੀ ਸਕਦੇ ਹੋ ਮੇਰਾ ਫੁੱਟਣਾ ਸਟਾਰਟ ਹੋ ਗਿਆ ਤੇ ਕਮਾਲ ਹੋ ਗਈ, ਪਨੀਰ ਬਣ ਵੀ ਗਿਆ ਪਵਨ। ਹਾਂਜੀ, ਤੇ ਇਸੇ ਤਰ੍ਹਾਂ ਆਪਾਂ ਥੋੜਾ ਟਾਈਮ ਹੋਰ ਇਹਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ ਤਾਂ ਜੋ ਸਾਰਾ ਪਨੀਰ ਆਪਣਾ ਬਣ ਜਾਵੇ। ਦੋਸਤੋ ਤੁਸੀਂ ਇਹ ਪਹਿਲਾਂ ਕਦੇ ਦੇਖਿਆ ਸੋਇਆਬੀਨ ਦਾ ਪਨੀਰ ਬਣਦਾ ਘਰੇ? ਹਾਂਜੀ, ਤੇ ਤੁਸੀਂ ਹੁਣ ਘਰੇ ਜਰੂਰ ਬਣਾਇਓ, ਬਹੁਤ ਹੀ ਵਧੀਆ ਜਿਹੜਾ ਕਿ ਪਨੀਰ ਬਣ ਕੇ ਤਿਆਰ ਹੋ ਜਾਊਗਾ। ਹਾਂਜੀ, ਹੁਣ ਆਪਾਂ ਇਹਨੂੰ ਛਾਣਾਂਗੇ ਤੇ ਉਹਦੇ ਲਈ ਆਪਾਂ ਜਿਹੜਾ ਕਿ ਕੱਪੜਾ ਕਰ ਲੈਂਦੇ ਆ ਪਹਿਲਾਂ ਸੈੱਟ। ਠੀਕ ਆ। ਹਾਂਜੀ ਦੋਸਤੋ, ਇੱਕ ਵਾਰੀ ਤੁਸੀਂ ਜਰੂਰ ਬਣਾ ਕੇ ਵੇਖਿਓ ਤੇ ਆਪਾਂ ਹੁਣ ਤੁਹਾਨੂੰ ਲਾਸਟ ਤੱਕ ਵਿਖਾਉਂਦੇ ਆ ਵੀ ਕਿੰਨਾ ਵਧੀਆ ਜਿਹੜਾ ਕਿ ਇਹ ਪਨੀਰ ਬਣ ਕੇ ਹੋ ਜਾਊਗਾ ਜੀ ਤਿਆਰ। ਤੇ ਹੁਣ ਆਪਾਂ ਇਹਨੂੰ ਛਾਣ ਲਈਏ। ਲਓ ਜੀ ਬਹੁਤ ਵਧੀਆ ਪਵਨ। ਹਾਂਜੀ, ਕਈ ਵਾਰੀ ਆਪਣਾ ਦਿਲ ਕਰਦਾ ਹੁੰਦਾ ਪਨੀਰ ਖਾਣ ਨੂੰ ਤੇ ਆਪਾਂ ਜਿਹੜਾ ਕਿ ਦੁੱਧ ਦੀ ਕਮੀ ਹੁੰਦੀ ਹੈ ਕਈ ਵਾਰ ਤੇ ਆਪਾਂ ਇਸ ਤਰ੍ਹਾਂ ਜਿਹੜਾ ਕਿ ਤੁਸੀਂ ਪਨੀਰ ਬਣਾ ਸਕਦੇ ਹਾਂ ਦੋਸਤੋ ਸੋਇਆਬੀਨ ਦਾ। ਨਾਲੇ ਸੋਇਆਬੀਨ ਦਾ ਪਨੀਰ ਤਾਕਤ ਵਾਲਾ ਵੀ ਹੁੰਦਾ ਹੈ, ਥੋੜਾ ਵੀ ਐਵੇਂ ਹੁੰਦਾ। ਹਾਂਜੀ, ਬਾਜ਼ਾਰ ਦੇ ਨਕਲੀ ਪਨੀਰ ਨਾਲ ਤਾਂ 1000 ਗੁਣੇ ਚੰਗਾ। ਬਿਲਕੁਲ ਜੀ। ਤੇ ਹੁਣ ਆਪਾਂ ਦੋਸਤੋ ਕੀ ਕਰਦੇ ਹਾਂ, ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡੇ ਪਾਣੀ 'ਚ ਡਬੋ ਲੈਂਦੇ ਹਾਂ ਤਾਂ ਜੋ ਇਹ ਵਧੀਆ ਸੈੱਟ ਹੋ ਜੇ। ਲਓ ਜੀ ਇੱਕ ਵਾਰੀ ਆਪਾਂ ਨੂੰ ਥੋੜਾ ਜਿਹਾ ਠੰਡੇ ਪਾਣੀ 'ਚ ਡਬੋ ਲਈਏ। ਹਾਂਜੀ, ਪਨੀਰ ਆਪਣਾ ਦੋਸਤੋ ਸੈੱਟ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੱਢ ਕੇ। ਆ ਬਣ ਗਿਆ ਪਨੀਰ ਪਵਨ। ਹਾਂਜੀ, ਜੈਸ਼ਿਕ ਮੰਗਦਾ ਸੀ ਪਨੀਰ ਪਕੌੜੇ। ਬਿਲਕੁਲ ਜੀ, ਹੁਣ ਭਾਵੇਂ ਪਨੀਰ ਪਕੌੜੇ ਬਣਾਓ ਤੇ ਭਾਵੇਂ ਤੁਸੀਂ ਸਨੈਕਸ ਬਣਾਓ ਤੇ ਭਾਵੇਂ ਬਣਾਓ ਜੀ ਸਬਜ਼ੀ। ਬਿਲਕੁਲ, ਨਾਲੇ ਲੱਗੇ ਸਿਰਫ 5 ਮਿੰਟ। ਹਾਂਜੀ, ਆ ਤੁਸੀਂ ਦੇਖੋ। ਲਓ ਜੀ, ਹਾਂਜੀ ਇਹ ਆਪਣਾ ਪਨੀਰ ਬਣ ਕੇ ਹੋ ਗਿਆ ਜੀ ਤਿਆਰ ਦੋਸਤੋ। ਤੇ ਤੁਸੀਂ ਵੀ ਬਣਾਇਓ ਇੱਕ ਵਾਰੀ, ਵੈਸੇ ਬਹੁਤ ਸਾਰੇ ਦੋਸਤ ਆ ਬਣਾਉਂਦੇ ਵੀ ਹੋਣਗੇ। ਸੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਕਈ ਵਾਰੀ ਆਪਣੇ ਦੁੱਧ ਦੀ ਹੁੰਦੀ ਆ ਜੀ ਕਮੀ ਤੇ ਆਪਾਂ ਇਸ ਤਰ੍ਹਾਂ ਬਾਜ਼ਾਰੋਂ ਲਿਆਉਣ ਨਾਲੋਂ ਘਰੇ ਹੀ ਸੋਇਆਬੀਨ ਦਾ ਜਾਂ ਮੂੰਗਫਲੀ ਦਾ ਪਨੀਰ ਬਣਾ ਸਕਦੇ ਹਾਂ। ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।